ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਬਾਈ ਜੀ ਪਹੁੰਚੇ ਹਾਂ ਅੱਜ ਬੇਗੋਵਾਲ ਦੇ ਲਾਗੇ ਪਿੰਡ ਪਦਾਸ, ਅਤੇ ਸਾਰੇ ਭਰਾ ਇੱਥੇ ਬੈਠੇ ਹੋਏ ਨੇ ਕਬੂਤਰਾਂ ਦੇ ਸ਼ੌਂਕੀ। ਕਹਿੰਦੇ ਵੀ ਅਜੇ ਅਸੀਂ ਸੁੱਤੇ ਉੱਠ ਕੇ ਆਏ ਹਾਂ ਅਤੇ ਵੀਡੀਓ ਅਜੇ ਠਹਿਰ ਕੇ ਬਣਾਉਣੀ ਆ। ਮੈਂ ਕੋਈ ਗੱਲ ਨਹੀਂ, ਅਤੇ ਤੁਹਾਨੂੰ ਦੱਸ ਦਈਏ ਬਬਲੂ ਵੀਰ ਬੈਠੇ ਨੇ ਚਿੱਟੀ ਟੀ ਸ਼ਰਟ ਦੇ ਵਿੱਚ, ਪਦਾਸ ਇਹਨਾਂ ਦੇ ਨਾਂ 'ਤੇ ਕਬੂਤਰ ਉੱਡਦੇ ਨੇ, ਅਤੇ ਭਰਾ ਨਾਲ ਬੈਠੇ ਹੋਏ ਨੇ। ਆਪਾਂ ਇਹਨਾਂ ਦੀ ਇੰਟਰੋਡਕਸ਼ਨ ਕਰਦੇ ਹਾਂ ਅਤੇ ਨਾਲੇ ਦੇਖਦੇ ਹਾਂ ਵੀ ਕਿਹੜਾ ਕਿਹੜਾ ਕਿੰਨੇ ਵਜੇ ਉੱਠਿਆ ਸੀ। ਕਿਵੇਂ ਹੋ ਬਾਈ ਜੀ? ਠੀਕ ਠਾਕ ਹੋ? ਹੋਰ ਵਧੀਆ ਜੀ, ਠੀਕ ਹੈ। ਆ ਬਾਈ ਦਾ ਕੀ ਨਾਮ ਆ? ਸ਼ੈਂਟੀ। ਤੇ ਇਹਨਾਂ ਦਾ? ਮਨਦੀਪ। ਮਨਦੀਪ, ਪਿੰਡ ਵੀ ਨਾਲ ਦੱਸ ਦਿਓ ਇਹਨਾਂ ਦਾ ਕਿਹੜਾ। ਜਮਾਲ ਭੋਗਪੁਰ ਦੇ ਲਾਗੇ ਆ ਜੀ। ਤੇ ਇਹ ਬਾਈ ਹੋਣੀ ਬਬਲੂ ਪਦਾਸ ਤੋਂ ਹੀ ਨੇ ਵੀਰ ਹੋਣੀ, ਤੇ ਇੱਕ ਭਰਾ ਆਪਣਾ ਉੱਧਰ ਚਲਾ ਗਿਆ, ਅਜੇ ਕਹਿੰਦੇ ਨਹਾਤਾ ਨਹੀਂ ਆ। ਤੇ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਬਾਈ ਹੋਣਾ ਦੇ ਆਂਦਾ ਸ਼ੈਂਟੀ ਆ ਹੈ। ਪਹਿਲਾਂ ਤੁਹਾਨੂੰ ਬਾਹਰੋਂ ਦਿਖਾਉਂਦੇ ਆ, ਫਿਰ ਕੁਝ ਕਬੂਤਰ ਜਿਹੜੇ ਬਾਜੀਆਂ ਜਿੱਤੇ ਨੇ ਉਹ ਵੀ ਦਿਖਾਉਂਦੇ ਆ ਜੀ। ਇਹ ਆਪਣੇ ਭਰਾ ਹੀ ਨੇ, ਥੋੜ੍ਹਾ ਬਹੁਤ ਮਜ਼ਾਕ ਚੱਲਦਾ ਰਹਿੰਦਾ ਆ। ਅਤੇ ਤਾਰਾ ਦਿਉਣ ਬਾਈ ਹੋਣਾ ਦਾ ਉਸਤਾਦ ਹੈ ਜੀ, ਅਤੇ ਕਾਫੀ ਕਬੂਤਰ ਜਿਹੜੇ ਦਿਉਣ ਤੋਂ ਵੀ ਆਏ ਹੋਏ ਨੇ ਇੱਥੇ, ਅਤੇ ਇਸ ਏਰੀਏ ਦੇ ਵਿੱਚ ਵਧੀਆ ਨਾਮ ਆ ਬਾਈ ਹੋਣਾ ਦਾ। ਬਬਲੂ ਪਦਾਸ ਦੇ ਨਾਂ 'ਤੇ ਜਿਹੜੇ ਕਬੂਤਰ ਉੱਡਦੇ ਨੇ ਬਾਈ ਜੀ, ਅਤੇ ਇਸ ਟਾਈਮ ਜਾਲ ਨੂੰ ਨਵਾਂ ਹੀ ਰੰਗ ਕੀਤਾ ਲੱਗਦਾ ਆ। ਅਤੇ ਵੀਰ ਹੋਣਾ ਦੇ ਤੁਹਾਨੂੰ ਦੱਸ ਦਈਏ ਵਧੀਆ ਕਬੂਤਰ ਨੇ, ਅਤੇ ਚੋਰੀ ਦਾ ਡਰ ਸੀ ਉਰੇ ਆਪਾਂ ਆਏ ਸੀ ਹੂਟਰ ਸਿਸਟਮ ਲਗਾਉਣ ਦੇ ਲਈ, ਅਤੇ ਹੂਟਰ ਸਿਸਟਮ ਜਿਹੜਾ ਆਪਾਂ ਲਗਭਗ ਲਗਾ ਦਿੱਤਾ ਆ। ਅਤੇ ਮੈਂ ਕਿਹਾ ਆਪਾਂ ਕਬੂਤਰਾਂ ਦਾ ਬਾਈ ਜੀ ਸ਼ੌਂਕ ਕਰਾ ਦਿੰਦੇ ਹਾਂ, ਕਿਉਂਕਿ ਭਰਾਵਾਂ ਨੂੰ ਹਮੇਸ਼ਾ ਹੀ ਸ਼ੌਂਕ ਹੁੰਦਾ ਆ। ਇਹ ਆਪਣੇ ਸਾਰੇ ਭਰਾ ਜਿੰਨੇ ਹੈਗੇ ਨੇ ਕਬੂਤਰਾਂ ਵਾਲੇ ਹੀ ਨੇ, ਵਿਆਹ ਛੱਡ ਦਿੰਦੇ ਪਰ ਕਬੂਤਰਬਾਜ਼ੀ ਨਹੀਂ ਛੱਡਦੇ ਜੀ। ਬਹੁਤ ਹੀ ਸ਼ਾਨਦਾਰ ਇਹ ਨਾਰਾ ਵੀਰੇ ਸਾਰੇ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਫੜੋ ਹੁਣ ਜਿਹੜਾ ਦਿਖਾਓ ਆਪਣੇ ਕਿਹੜੇ ਕਿਹੜੇ ਕਬੂਤਰ ਕਿੱਥੋਂ ਕਿੱਥੋਂ ਜਿੱਤੇ ਨੇ। ਕਬੂਤਰ ਖੱਟੀ ਕਾਲੀ ਅੱਖ ਦਾ, ਹਾਂ, ਤੇ ਇਹਦਾ ਪੁੱਤ ਪਿੱਛੇ ਜਿੱਤਿਆ ਸੀ ਆਪਣੇ ਕੋਲ ਲੋਧੀ ਚੱਕ, ਲੋਧੀ ਚੱਕ ਪਿਛਲੇ ਸਾਲ। ਠੀਕ ਹੈ ਜੀ, ਹਾਂਜੀ, ਬਹੁਤ ਵਧੀਆ ਉੱਡਿਆ ਸੀ। ਕਿੰਨਾ ਕਿਹੜੀ ਨਸਲ ਚੋਂ ਹੈ ਜੀ ਇਹ? ਭਾਜੀ ਆਪਣੇ ਕਬੂਤਰ ਆਏ ਸੀ ਡਾਕਟਰ ਆੜੇ ਮੋਗੇ ਵਾਲੇ ਬੱਬੂ ਕੈਂਥਲੇ। ਠੀਕ ਹੈ ਜੀ, ਉਹਨਾਂ ਦਾ ਆਪਣਾ ਕਬੂਤਰ ਹੀ ਉਹਦੇ ਬੱਚੇ ਕਢਾਏ ਜੀ। ਠੀਕ ਹੈ ਜੀ, ਅੱਛਾ, ਅੱਗੇ ਤੋਂ ਅੱਗੇ ਉਹੀ ਨਸਲ ਜਿਹੜੀ ਉਹ ਚੱਲਦੀ ਪਈ ਆ। ਪਰ ਵੀ ਦਿਖਾਓ ਇਹਦੇ, ਇਹ ਹੈ ਜੀ ਇਹਦੇ ਕਬੂਤਰ ਦੇ ਪਰ, ਇਹਦੇ ਬੱਚੇ ਕਢਾਏ ਹੁਣ। ਠੀਕ ਆ, ਹੁਣ ਲਾਤਾ ਬੱਚਿਆਂ ਦੇ। ਹਾਂਜੀ ਹਾਂਜੀ, ਸਹੀ ਆ, ਬਹੁਤ ਵਧੀਆ ਜੀ। ਹਾਂਜੀ, ਠੀਕ ਆ, ਠੀਕ ਹੈ, ਦੱਸਦਾ ਤੁਸੀਂ ਲੁਕ ਗਏ ਉੱਧਰ ਜਾ ਕੇ। ਇਹ ਬਾਈ ਫਿਰ ਦੱਸ ਦਈਏ ਕਿ ਉਸਤਾਦ ਤਾਰਾ ਦਿਉਣ ਹੋਣੀ ਬਾਈ ਹੋਣਾ ਦੇ ਉਸਤਾਦ ਜੀ ਨੇ। ਇਹ ਦੇਖੋ ਸੱਪ ਸਰਾ ਕਬੂਤਰ ਆ ਬਾਈ ਜਿਹੜਾ ਨਾ ਜਿੱਤਿਆ ਆ ਐਰਕਾਂ। ਬਾਈ ਇਹ ਉੱਚਾ ਉੱਡਦਾ ਸੀ ਕਿੰਨੀ ਵਾਰ? ਅੱਛਾ, ਦੇਖੋ ਬਾਈ ਕਿੱਦਾਂ ਸੱਪ ਸਰਾ ਪੂਰਾ ਕਬੂਤਰ ਆ। ਚਾਲ ਦੇਖੋ ਕਬੂਤਰ ਦੀ, ਇਹਦਾ ਪਿਓ ਵੀ ਇੱਦਾਂ ਸੀ? ਦੇਖੋ ਬਾਈ ਕਹਿੰਦੇ ਕਿ ਇਹਨਾਂ ਦਾ ਰਿਜ਼ਲਟ ਬੜਾ ਹੁੰਦਾ, ਉੱਚੀ ਉੱਡਦੇ ਕਿ ਨੀਵੇਂ ਉੱਡਦੇ ਆ? ਅੱਛਾ 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 ਅੱਛਾ, ਬਹੁਤ ਹੀ ਸੋਹਣਾ ਚੰਗਾ ਕਬੂਤਰ ਆ ਬਾਈ ਜਿਹੜਾ ਹੁਣੇ ਛੱਡਿਆ ਉਹੀ ਕਬੂਤਰ ਆ ਤੁਸੀਂ ਦੇਖ ਰਹੇ ਹੋ। ਇੱਕ ਬਾਈ ਹੋਣਾ ਨੇ ਇਹ ਫੜਿਆ ਰੱਤਾ ਜੀ,
ਸਹੀ ਹੈ। ਆਪਣੇ ਭਾਜੀ ਹੋਣੇ ਆ ਬਠਿੰਡੇ ਤੋਂ ਭੁੱਲੇ ਹੋਣੇ, ਉਹਨਾਂ ਕੋਲ ਉਹਨਾਂ ਦਾ ਜਿਹੜਾ ਪਿਓ ਲਿਆਂਦਾ ਸੀ। ਠੀਕ ਆ। ਇਹਦੇ ਬੱਚੇ ਬੁੱਚੇ ਕਢਾ ਕੇ ਗਾਂਢ ਆਏ, ਵਧੀਆ ਉੱਡੇ ਆ। ਅੱਛਾ, ਹਾਂ। ਇਹ ਘਰ ਦਾ ਪੱਠਾ ਹੈ? ਇਹ ਘਰ ਦਾ ਪੱਠਾ, ਪਿਓ ਹੀ ਵਾਸ ਕਰਤਾ ਹੈ ਭਾਜੀ ਭੁੱਲੇ ਨੂੰ। ਹਾਂਜੀ, ਇਹ ਫਿਰ ਰੋਕ ਲਿਆ ਜੀ? ਹਾਂ, ਇਹ ਰੋਕ ਲਿਆ, ਇਹਨਾਂ ਦੇ ਗਾਂ ਦੇ ਬੱਚੇ ਵੀ ਹੈਗੇ ਉੱਪਰ ਵੀ। ਸਹੀ ਆ, ਬਹੁਤ ਹੀ ਵਧੀਆ ਵਧੀਆ ਨਸਲ ਦੇ ਬਾਈ ਹੁਣਾਂ ਦੇ ਕੋਲ ਕਬੂਤਰ ਨੇ। ਇੱਕ ਉਹ ਵਿੱਚ ਲਾਲ ਰੱਤੀ ਜੀ ਆ ਭਾਜੀ, ਆਪਣਾ ਮੁੰਡਾ ਜਲੰਧਰ ਹੈ ਮਨੂ। ਅੱਛਾ, ਉਹਦੇ ਘਰੋਂ ਆਈ ਹੈ। ਬਹੁਤ ਸੋਹਣਾ ਰੰਗ, ਕਲਰ ਬੜਾ ਪਿਆਰਾ ਇਹਦਾ। ਉਹ ਵੀ ਉਸਤਾਦ ਦਾ ਨਾ, ਬਹੁਤ ਉਹਨਾਂ ਦੇ ਪਿਆਰ ਹੈ ਤੇ ਪੰਜ ਉਸਤਾਦ ਨੇ ਉਹਨੂੰ ਮਿਲਾਇਆ ਸੀ ਵੀ ਉਹਨੂੰ ਘੁਆਏ ਘਰੋਂ। ਤੇ ਨਾਲ ਜਿਹੜਾ ਮਖਿਆਲਾ ਬੈਠਾ ਜੀ, ਇਹ ਭਾਜੀ ਗੋਪੀ ਹੈ ਗੋਬਿੰਦਪੁਰ ਤੋਂ, ਬਠਿੰਡੇ ਤੋਂ। ਠੀਕ ਹੈ ਜੀ, ਉਹਦੇ ਘਰੋਂ ਕਬੂਤਰ ਆਇਆ। ਸਹੀ ਹੈ, ਸਹੀ ਆ। ਹਾਂਜੀ, ਬਹੁਤ ਹੀ ਵਧੀਆ ਸ਼ਾਨਦਾਰ ਕਬੂਤਰ ਆ ਬਾਈ ਜੀ। ਦੇਖੋ ਨਾਲ ਲਾਲ ਚੀਨਾ ਵੀ ਬੈਠਾ। ਲਾਲ ਚੀਨਾ ਭਾਅ ਜੀ ਵੀ ਡਾਕਟਰ ਕੋਲ ਆਇਆ ਘੁੰਮ ਲੈਂਦੇ ਬੱਚੇ ਨੂੰ। ਠੀਕ ਹੈ ਜੀ, ਹਾਂ ਉਹ ਉੜੇ ਆ। ਸਹੀ ਆ, ਸਹੀ ਆ, ਬਹੁਤ ਹੀ ਸ਼ਾਨਦਾਰ ਕਬੂਤਰ ਆ ਬਾਈ ਹੁਣਾਂ ਦੇ। ਇੱਕ ਆ ਉਹੀ ਸ਼ਾਹ ਅੱਖਾਂ ਖੱਟੀ ਕਾਲੀ ਵਾਲਾ ਹੀ ਹੈ ਜਿਹੜਾ ਬੈਠਾ। ਨਹੀਂ, ਇਹ ਕਾਲੀਆਂ ਦਾ। ਹਾਂ, ਨਹੀਂ ਕਾਲੀਆਂ ਦਾ। ਇਹਦੇ ਵੀ ਕੁੰਡੀ ਬਣਦੀ ਥੋੜ੍ਹੀ ਜੀ ਸਰ। ਸ਼ਾਮ ਚ ਇਹ ਲਓ ਕਿ ਮਿੱਤਰੋ ਕਰੋ ਸ਼ਾਮ। ਬਹੁਤ ਹੀ ਵਧੀਆ ਵਧੀਆ। ਦੇਖੋ ਬਾਈ ਬਹੁਤ ਹੀ ਚੰਗਾ ਕਬੂਤਰ ਹੈ ਜੀ। ਹੋਰ ਵੀ ਕਬੂਤਰ ਜਿੱਦਾਂ ਕੁਛ ਉੱਪਰ ਪਏ ਆ। ਠੀਕ ਹੈ ਜੀ, ਚਲੋ ਉੱਪਰ ਵੀ ਦਿਖਾ ਲੈਂਦੇ ਹਾਂ ਜੀ। ਹਾਂਜੀ, ਇਹ ਨੀਚੇ ਆ ਤੇ ਕੁਝ ਕਬੂਤਰ ਕਬੂਤਰ। ਠੀਕ ਹੈ ਜੀ, ਆ ਲਓ ਜੀ, ਆ ਖੁੱਡੇ ਦੇ ਅੰਦਰ ਵੀ ਕੁਝ ਕਬੂਤਰ ਹੈਗੇ ਨੇ ਔਰ ਕੁਝ ਨੇ ਬੱਚੇ ਕੱਢੇ ਹੋਏ ਨੇ। ਇਹ ਭਾਈ ਡੱਬਾ ਹੈ, ਇਹ ਵੀ ਭਾਜੀ ਗੋਪੀ ਗੁਰੂ ਆਇਆ ਗੋਬਿੰਦਪੁਰ ਤੋਂ। ਸਹੀ ਆ, ਹਾਂ, ਕਬੂਤਰੀ ਆਪਾਂ ਦਿੱਤੀ ਇਹਨੂੰ ਤੇ ਬੱਚੇ ਉਹਦੇ ਗਾਂ ਨੂੰ ਮਿਲ ਦਿੱਤੇ ਆ, ਬਹੁਤ ਵਧੀਆ ਉੱਡੇ ਆ। ਸਹੀ ਆ, ਹਾਂਜੀ, ਹੈ ਲਓ ਵੀ ਮੈਂ ਕਰੋ ਸ਼ੌਂਕ। ਆ ਜੁੜੇ ਉਹਨੂੰ ਤੋੜਨ ਲੱਗੇ ਬਸ। ਖਾਨੇ ਬਹੁਤ ਵਧੀਆ ਬਣਾਏ ਹੋਏ ਆ ਬਾਈ ਉਹਨਾਂ ਨੇ। ਸਲੈਬਾਂ ਪਾ ਕੇ ਬਣਾਏ ਨੇ। ਇਹ ਸਲੈਬਾਂ ਪਾਈਆਂ ਬਾਈ ਸਾਰੀਆਂ। ਸਾਰਿਆਂ ਦੇ ਇਹ ਹੁਣ ਠੰਡ ਕਰਕੇ ਨਾ ਅੱਗੇ ਆਪਾਂ ਇੱਟਾਂ ਹੀ ਲਾਤੀਆਂ। ਹਾਂ, ਬੱਚੇ ਕਰਕੇ ਹਵਾ ਨਾ ਜਾਵੇ। ਹਵਾ ਨਾ ਜਾਵੇ। ਸਹੀ ਆ, ਸਹੀ ਆ, ਬਹੁਤ ਹੀ ਵਧੀਆ ਵਧੀਆ ਸ਼ਾਨਦਾਰ ਕਬੂਤਰ। ਇਹ ਭਾਈ ਆਪਣਾ ਸੁੱਖ ਟਾਂਡੀ ਤੋਂ, ਉਹਦੇ ਕੋਲ ਜੋੜਾ ਆਇਆ ਸੀ। ਅੱਛਾ ਜੀ, ਬਹੁਤ ਇਹਦੇ ਧੀਆਂ ਜੱਟੀਆਂ ਭਾਜੀਆਂ। ਠੀਕ ਆ, ਆ ਜੋੜਾ ਹੀ ਆ, ਆਹ ਕਬੂਤਰੀ ਬੱਚਾ ਇਹਨਾਂ ਨੇ ਵੀ ਕੱਢਿਆ। ਹਾਂ, ਬੱਚਾ ਕੱਢਿਆ। ਬਹੁਤ ਵਧੀਆ ਬਾਈ ਜੀ, ਜ਼ਿਆਦਾ ਆਪਣੇ ਕੋਲ ਭਾਜੀ ਤਾਰੇ ਦਿਉਣ ਵਾਲੇ ਜ਼ਿਆਦਾ ਆ। ਠੀਕ ਆ ਜੀ, ਹਾਂ, ਤੇ ਜਾਂ ਆਪਣਾ ਗੋਪੀ ਗੋਬਿੰਦਪੁਰੀ ਬਠਿੰਡੇ ਤੋਂ। ਸਹੀ ਆ, ਸਹੀ ਆ ਜੀ। ਇਹਦੇ ਭਾਜੀ ਬੱਚੇ ਬੋਰਡ ਦੇ ਕਬੂਤਰੀ ਦੇ। ਠੀਕ ਹੈ ਜੀ, ਹਾਂਜੀ, ਘਰੇ ਬੋਰਡ ਦੇ ਭਾਈ ਸ਼ਾਹ ਕੀ ਆ। ਹਾਂ, ਸ਼ਾਹ ਕੀ, ਉਹ ਵੀ ਬੱਚੇ ਦਾ ਹੀ ਪਲਦਾ ਪਿਆ। ਠੀਕ ਆ, ਠੀਕ ਹੈ ਜੀ। ਅਗਲੇ ਜਿਹੜੇ ਪਹਿਲੇ ਬਾਜੀਆਂ ਬੁਜੀ ਆਪਣੇ ਚ ਪਿਓ ਵਿੱਚ ਬੰਦਾ ਥੋੜਾ ਜਿਹਾ ਨਾ। ਠੀਕ ਆ, ਆਪਾਂ ਕੋਈ ਹੈ ਨਹੀਂ ਉਧਰ ਜੀ ਰਹਿੰਦੇ। ਚਲੋ ਬਹੁਤ ਵਧੀਆ ਹੈ ਜੀ, ਬਾਕੀ ਤੁਹਾਨੂੰ ਦਿਖਾਉਂਦੇ ਹਾਂ ਉੱਪਰ ਦਾ ਸ਼ੌਂਕ ਕਰਾਉਂਦੇ ਹਾਂ। ਕੁਝ ਕਬੂਤਰ ਬਾਈ ਹੁਣਾਂ ਦੇ ਉੱਪਰ ਵੀ ਪਏ ਨੇ। ਚੌਵੀ ਦੇ ਵਿੱਚ ਜਿਹੜੇ ਹੈਗੇ ਉੱਡਣਗੇ,
ਡਾ ਕੇ ਰੋਕ ਲਿਆ ਆਪਾਂ, ਡਾ ਡੂਕੇ ਨਾ ਛਤਰੀ ਲਾ ਲਏ ਆ। ਠੀਕ ਹੈ ਜੀ, ਹਾਂਜੀ ਆੜੇ ਹਰੇ ਆ, ਇਹ ਗੋਪੀ ਬਾਈ ਬੋਏ। ਠੀਕ ਹੈ, ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ ਵੀਰ ਹੋਣਾ ਦੇ ਕੋਲ। ਬਾਈ ਜਿੱਥੇ ਜਾਈਦਾ ਤੁਹਾਨੂੰ ਸ਼ੌਂਕ ਕਰਾਉਂਦੇ ਰਹਿੰਦੇ ਆ। ਇੱਕ ਚੀਜ਼ ਦੱਸ ਦਈਏ ਕਿ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਕਬੂਤਰ, ਸੇਲ ਨਹੀਂ ਹੈਗੇ। ਕੋਈ ਵੀ ਵੀਰ ਇਹਨਾਂ ਲਈ ਸੇਲ ਦੇ ਵਾਸਤੇ ਫੋਨ ਨਾ ਕਰੇ। ਐਂ ਦੇਖੋ ਇੱਕ ਬੱਚਾ ਹੁਣੇ ਟੀਰਾ ਬਣ ਗਿਆ। ਠੀਕ ਹੈ, ਇੱਕ ਡੱਬਾ ਠੀਕ ਹੈ, ਠੀਕ ਹੈ ਜੀ। ਅੱਛਾ ਅੱਛਾ, ਸਹੀ ਆ, ਬਹੁਤ ਵਧੀਆ ਜੀ। ਹੈਲੋ ਜੀ, ਜਵਾਕ ਫੜੋ 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 ਫੜੋ। ਇਹ ਆਪਣੇ ਬਾਈ ਬਬਲੂ ਵਧਾ ਦਾ ਛੋਟਾ ਬੇਟਾ ਹੈ ਜੀ। ਫੜਨ ਜਾਂਦੇ ਆ ਪਰ ਫੜਿਆ ਨਹੀਂ ਜਾਂਦਾ। ਫੜੋ 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 ਫੜੋ, ਲੈ ਲਓ ਲੈ ਲਓ। ਇਹ ਹੈ ਜੀ ਕੁਝ ਛਤਰੀ ਤੇ ਵੀ ਬਾਈ ਹੋਣਾ ਨੇ ਬਾਈ ਨੇ, ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਨੇੜੇ ਤੋਂ। ਇਹ ਦੇਖੋ ਜੀ, ਇਹ ਬੱਚੇ ਸਾਰੇ ਛੋਟੇ ਹੋ ਚੜਦੇ। ਸਹੀ ਆ, ਤੇ ਉੱਪਰ ਜਿਹੜਾ ਜਾਲ ਲਾਤਾ, ਬੈਰੀ ਬੁਰੀ ਕਿੱਦਾਂ ਪੈਂਦੀ ਆ, ਤਾਂ ਹੀ ਜਾਲ ਲਾਏ ਨੇ ਅੱਜ ਕੱਲ੍ਹ। ਪਲਾਸਟਿਕ ਦਾ ਜਾਲ ਨੈਚੁਰਲੀ ਸਾਰੇ ਭਰਾ ਲਾਉਣ ਲੱਗ ਗਏ ਨੇ। ਅਤੇ ਇਹ ਛੱਤ ਦੇ ਉੱਪਰ ਦੋ ਖੁੱਡੇ ਨੇ ਜੀ, ਇਹ ਵੀ ਲਗਭਗ ਕਵਰ ਕਰ ਦਿੱਤੇ ਨੇ ਸਾਰੇ ਦੇ ਸਾਰੇ ਆਪਾਂ। ਅਤੇ ਇਹਦੇ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਹਾਂ ਆਪਾਂ ਤੁਹਾਨੂੰ। ਐਂ ਲਓ ਵੀ ਮਿੱਤਰੋ, ਦੇਖੋ ਕਬੂਤਰ ਇਹ ਵੱਡੇ ਆ ਜੀ, ਇਹ ਵੱਡੀਆਂ ਕਬੂਤਰੀਆਂ, ਵਿੱਚ ਦੂਜੀਆਂ ਛੱਡਣ ਵਾਲੀਆਂ ਛੱਡੀਆਂ ਇੱਧਰ। ਸਹੀ ਆ, ਬਹੁਤ ਹੀ ਵਧੀਆ ਜੀ। ਐ ਬਾਈ ਹੋਣਾ ਨੇ ਆ ਲੈਂਬਰ ਭਾਈ ਵਾਲੀ, ਇਹ ਲੈਂਬਰ ਭਾਈ ਮੁੱਲਾ ਪੁੱਤ ਆਖਿਆ ਤੂੰ। ਹਾਂਜੀ ਹਾਂ, ਉਹਦਾ ਆਪਣਾ ਪਿਆਰ, ਉਹਨੇ ਜੋੜਾ ਭੇਜਿਆ ਬੱਚੇ ਮਾਤੇ, ਤੇ ਬੱਚੇ ਮੈਂ ਤਿੰਨ ਚਾਰ ਕਢਾ ਲਏ ਆ। ਸਹੀ ਆ, ਹਾਂ ਬਹੁਤ ਵਧੀਆ ਬੱਚੇ ਉੱਡੇ ਆ, ਉਧਰ ਬੈਠੇ ਪਰਲੇ ਖੁੱਡੇ ਚ, ਤੇ ਉਹਨੂੰ ਭਾਈ ਨੂੰ ਵਾਪਸ ਕਰਕੇ ਆਵਾਂਗੇ ਹੁਣ। ਸਹੀ ਆ, ਸਹੀ ਆ। ਹਾਂਜੀ, ਆਹ ਸਲੇਟੀ ਰੰਗ ਦੀਆਂ ਜਿਹੜੇ ਗੋਪੀ ਭਾਈ ਦੀ ਗੱਲ ਕਰਦੇ ਆ ਆਪਾਂ। ਹਾਂਜੀ ਹਾਂਜੀ, ਉਹਦੇ ਪਰ ਹੀ ਹੋਈਆਂ ਬਠਿੰਡੇ ਤੋਂ ਗੋਬਿੰਦਪੁਰੀ ਆ। ਸਹੀ ਆ, ਹਾਂਜੀ ਇਹ ਵੀ ਹੁਣ ਇਹ ਭੂਰੀ ਜਿਹੜਾ ਉਹਦੇ ਘਰ ਦੀ ਪੱਠੀ ਪੁੱਠੀ ਜੀ, ਜਿੱਦਾਂ ਉਹਦੇ ਬਠਿੰਡੇ ਤੋਂ ਆਈ ਸੀ ਭਾਈ ਗੋਪੀ ਨੂੰ, ਤੇ ਬੱਚੇ ਮਤ ਲਿਆਂਦੀ ਮੈਂ ਵੀ। ਸਹੀ ਆ, ਸਹੀ ਆ ਜੀ। ਹਾਂਜੀ, ਕਹਿੰਦੇ ਪੁੱਤਰ ਭਾਜੀ ਗੋਪੀ ਵਾਲੇ ਜਾ ਰਹੇ ਆ ਤੇ ਆ ਇੱਕ ਕਾਲਸਰਾ ਵਿੱਚ। ਕਾਲਸਰਾ ਭਾਜੀ ਇਹਨਾਂ ਦੇ ਮੁੰਡਾ ਤਾਂ ਲਿਆ ਮੰਗੜਾ ਜਮਾਲਪੁਰੀ ਆ। ਹਾਂਜੀ ਹਾਂਜੀ, ਉਹਨਾਂ ਨੂੰ ਉਸਤਾਦ ਕੋਲ ਲਿਆਂਦੀ ਸੀ ਇਹਨਾਂ ਨੇ। ਠੀਕ ਹੈ, ਬੱਚਿਆਂ ਮਤ ਮੈਂ ਲਿਆਂਦੀ ਜੀ। ਸਹੀ ਆ, ਹਾਂ ਇਹ ਉਹਨਾਂ ਨੂੰ ਵਾਸ ਕਰਦਾ ਜੀ। ਬਹੁਤ ਹੀ ਵਧੀਆ ਜੀ, ਸੋਹਣੇ ਪਰਿੰਦੇ ਆ ਬਈ। ਦੇਖੋ ਵੀ ਮਿੱਤਰੋ, ਘਰੋਂ ਸ਼ੌਂਕ ਤਾਂ ਦੱਸਣਾ ਕਿੱਦਾਂ ਦਾ ਲੱਗਦਾ ਬਬਲੂ ਪਦਾਰਥ ਵੀ ਇਹਦੇ ਕਬੂਤਰ ਨੇ। ਆ ਵੀ ਭਾਈ ਮੁੰਡਾ ਨਾ ਜਲੰਧਰੋਂ ਮੁੰਡਾ ਜਿਹੜਾ ਮਨੂ ਨੇ ਉਹਦੇ ਘਰ ਹੀ ਗੋਲੀ। ਅੱਛਾ ਜੀ, ਹਾਂ ਜਿਹੜੇ ਸਾਡੇ ਕੋਲ ਤੇ ਬੈਠੀ ਤਾਂਬੜੀ ਜੀ। ਹਾਂਜੀ ਹਾਂਜੀ, ਇਹ ਛੱਡਣੀ ਸੀ ਬਾਜੀਆਂ ਤੇ ਬਾਜੀ ਜੀ, ਇਹ ਮੌਸਮ ਖਰਾਬ ਕਰਕੇ ਛੱਡੀ ਨਹੀਂ ਗਈ ਫਿਰ। ਸਹੀ ਹੈ, ਸਹੀ ਹੈ। ਕਿਹੜੀ ਕਹਿੰਦਾ ਤੇ ਫੇ ਬਾਈ, ਇਹ ਪਾਣੀ ਪੂਣੀ ਜਿਹੜਾ ਹੈਗਾ ਤੁਸੀਂ ਉੱਥੇ ਉੱਥੋਂ ਲੈਣ ਜਾਂਦੇ ਹੋ? ਹਾਂ ਉੱਥੋਂ ਜਾਈਦਾ ਤਾਰ ਕੋਈ। ਠੀਕ ਆ, ਠੀਕ ਆ। ਕਿੰਨੀ ਦੇਰ ਹੋ ਗਈ ਇਹ ਸਤਾਲ ਬਣਿਆ ਹੋਣਾ ਨੂੰ? ਕਿਹੜਾ ਸਤਾਲ? 21 ਦੇ 2021 ਚ ਬਣਿਆ ਸੀ, 2021 ਬਾਈ ਬਣਾਇਆ ਜੀ। ਠੀਕ ਆ, 21 ਇਹ ਬਾਈ ਜਿਹੜਾ ਲੋਕੀ ਆ ਜਿਹੜਾ ਕਬੂਤਰ ਥੱਲੇ ਉਹਦੇ ਭੈਣ ਭਰਾ ਜੀ। ਸਹੀ ਆ, ਸਹੀ ਆ। ਜਿਹੜੀ ਚਵਾੜਾ ਜਿੱਤਿਆ ਸੀ, ਬਹੁਤ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਜੀ। ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਚੜ੍ਹਦੀਆਂ ਕਲਾਂ ਚ ਰੱਖੇ, ਕਿਉਂਕਿ ਕਬੂਤਰ ਬਾਈ ਦਾ ਸ਼ੌਂਕ ਆ ਜਿਹੜਾ
ਇਹ ਤੰਦਰੁਸਤੀ ਤੇ ਆ ਉਹਨਾਂ ਦੀ ਮਾਂ ਹੀ ਨਾ ਅੱਗੇ ਬੈਠੀ ਸਾੜੀ ਹਾਂ ਬਾਈ ਇਹਨਾਂ ਦੀ ਮਾਂ ਹੀ ਹੈ ਜਿਹੜੀ ਆਪਾਂ ਲੋਧੀ ਚੱਕ ਲਾ ਕਬੂਤਰ ਨੀ ਹਾਂਜੀ ਹਾਂਜੀ ਉਹਨਾਂ ਦੀ ਬਰੀਡ ਚਲਦੀ ਵੀ ਉਹਦੇ ਨਾਲ ਪਾ ਕੇ ਬੱਚੇ ਬੱਚਿਆਂ ਕਢਾਏ ਸਾਰੇ ਸਹੀ ਆ ਆ ਇਹਨਾਂ ਦੇ ਬੱਚਾ ਠੀਕ ਆ ਠੀਕ ਆ ਜੀ ਹਾਂਜੀ ਵਧੀਆ ਬਾਈ ਸ਼ਾਨਦਾਰ ਪਰਿੰਦੇ ਨੇ ਬਾਈ ਦੇ ਕੋਲ ਇਹ ਕੁਝ ਨੀਚੇ ਵੀ ਬੈਠੇ ਨੇ ਇਹਨਾਂ ਦਾ ਵੀ ਕਰੋ ਸ਼ੌਂਕ ਵਿੱਚ ਪੱਠੇ ਆ ਜਿਹੜੇ ਅੱਜ ਵੀ ਛੱਡਾਂਗੇ ਠੀਕ ਆ ਜੀ ਬਹੁਤ ਹੀ ਵਧੀਆ ਜੀ ਮੌਸਮ ਖਰਾਬ ਕਰਕੇ ਛੱਡਣੇ ਹੋਏ ਠੀਕ ਆ ਆਪਣੀ ਐਂਟਰੀ ਹੈਗੀ ਬੋਲੀ ਵਾਲੀ ਵੀ ਐਂਟਰੀ ਹੈਗੀ ਜਿਹੜੀ ਉੱਥੇ ਹੀ ਲੋੜੇ ਦੁਗਰੀ ਠੀਕ ਹੈ ਐਂਟਰੀ ਆਪਣੀ ਪਈ ਹੈ ਜੀ ਇੱਥੇ ਹੀ ਅੱਛਾ ਦੁਗਰੀ ਵਾਲਾ ਵੀ ਫਿਰ ਮੈਚ ਕੈਂਸਲ ਹੀ ਹੋ ਗਿਆ ਸੀ ਕੈਂਸਲ ਹੋ ਗਿਆ ਭਾਜੀ ਸਹੀ ਆ ਹੁਣ ਅੱਗੋਂ ਐਂਟਰੀ ਉਹਨਾਂ ਗਈ ਹੈ ਨਹੀਂ ਤਾਂ ਫਿਰ ਅੱਗੋਂ ਛੱਡਾਂਗੇ ਐਂਟਰੀ ਕਰਨੀ ਹਾਂਜੀ ਬਹੁਤ ਵਧੀਆ ਜੀ ਇਹਦੇ ਵਿੱਚ ਲਗਭਗ ਜਿੰਨੀਆਂ ਸੀ ਮਦੀਨਾ ਸੀ ਆਹ ਖੁੱਡਾ ਜੀ ਇਹਦੇ ਵਿੱਚ ਜਿੰਨੀਆਂ ਨਾਪਣਾ ਇਹਨਾਂ ਦਾ ਵੀ ਕਰੋ ਸ਼ੌਂਕ ਮੇਰੇ ਵੀਰ ਆਹ ਬਾਈ ਡੱਬਾ ਕਬੂਤਰ ਜਿਹੜਾ ਥੱਲੇ ਦੋ ਬੱਚੇ ਦੇਖੇ ਤੇ ਹਾਂਜੀ ਇਹ ਡੱਬਾ ਇਹ ਵੀ ਭਾਈ ਗੋਪੀ ਦੇ ਘਰੋਂ ਆਇਆ ਸੀ ਬਠਿੰਡੇ ਦੇ ਬਾਈ ਕਾਕੇ ਉਸਤਾਦ ਵਾਲਾ ਹੈ ਇਹਦੇ ਬੱਚੇ ਪਟਾਕ ਨਾ ਰੋਕ ਲਏ ਹੁਣ ਉਹ ਵੱਡੇ ਵਧੀਆ ਸਹੀ ਆ ਇਹਦਾ ਪਿਓ ਗੋਪੀ ਕੋਈ ਪੇ ਆ ਅੱਛਾ ਇਹ ਐਤਕੀ ਆਇਆ ਨਹੀਂ ਨਹੀਂ ਇਹ ਆਏ ਨੂੰ ਤਾਂ ਬਹੁਤ ਚਿਰ ਹੋ ਗਿਆ ਇਹਨੂੰ ਠੀਕ ਆ ਸਹੀ ਆ ਬਾਈ ਜੀ ਬਹੁਤ ਲੰਬੇ ਪਰ ਨੇ ਇਸ ਕਬੂਤਰ ਦੇ ਠੀਕ ਆ ਵੀਰੇ ਦੇਖੋ ਕਬੂਤਰ ਵੀਰ ਦੇ ਇਹ ਭਾਈ ਜਿਹੜਾ ਮੁੱਲਾਪੁਰ ਦਾਖੇ ਦੀ ਗੱਲ ਕਰਦੇ ਆ ਭਾਜੀ ਕੋ ਜੋੜਾ ਭੇਜਿਆ ਸੀ ਭਾਈ ਕੋ ਨਾ ਜੋਂ ਸੀ ਕਬੂਤਰੀ ਨੇ ਹਾਂਜੀ ਆ ਬੱਚਾ ਕੱਟਿਆ ਸੀ ਨੀਲਾ ਕੱਟਤਾ ਨੀਲਾ ਕੱਟਤਾ ਡੱਕੇ ਪਿਆ ਡੱਕੇ ਆ ਪਿਆ ਅੱਛੇ ਕਹਿੰਦੇ ਹਾਂ ਪੈਰਾਂ ਤੇ ਇਹ ਕਿਹਦਾ ਭਰਾ ਬੈਠਾ ਜੋਂ ਸਰਾ ਯਾਰ ਸਹੀ ਆ ਆ ਦੋਵੇਂ ਭਰਾ ਹੀ ਇੱਕੋ ਬੋਲ ਵਧੀਆ ਨੇ ਸੋਹਣੇ ਨੇ ਬਾਈ ਹਾਂ ਆ ਇਹਨਾਂ ਦਾ ਕੋਣ ਆ ਯਾਰ ਬਾਕੀ ਵਿੱਚ ਇਹਨਾਂ ਨੇ ਪੱਠੇ ਪੁੱਠੇ ਛੱਡੇ ਆ ਸਹੀ ਆ ਕਾਲਾ ਲੱਠਾ ਇਹ ਕਾਲਾ ਲੱਠਾ ਥੱਲੇ ਕਬੂਤਰੀ ਉਹ ਪਰਲੇ ਸਾਡੇ ਕਬੂਤਰੀ ਬੈਠੀ ਤੇ ਜੋੜਾ ਜਾਣੀ ਬਹੁਤ ਪੁਰਾਣਾ ਸੀ ਭਾਜੀ ਉਧਰ ਮੇਰੇ ਘਰੇ ਸੀ ਠੀਕ ਆ ਕਿਹੜਾ ਇਹ ਭਾਜੀ ਭਰਾ ਵੀ ਤਿੰਨ ਬਾਜੀਆਂ ਜਿੱਤਿਆ ਦੋ ਅੱਛਾ ਤੇ ਦੋ ਹੀ ਭੈਣ ਜਿੱਤੀ ਸੀ ਇੱਕੋ ਸੀ ਜਿਹਨੇ ਤੀਜੀ ਬਾਜੀ ਛੱਡੀ ਤਾਂ ਉੱਥੋਂ ਵੈਰੀ ਲੈ ਗਈ ਸੀ ਅੱਛਾ ਹਾਂ ਇਹ ਉਹਨਾਂ ਦਾ ਭਰਾ ਵਾ ਠੀਕ ਆ ਤੇ ਜੋੜਾ ਨਹੀਂ ਹੁਣ ਆਪਣਾ ਕੋਲ ਰਿਹਾ ਫਿਰ ਰੋਕ ਲਿਆ ਸੀ ਆਪਾਂ ਇਹ ਰੋਕ ਲਿਆ ਇਹ ਜਮਾਂਦਰੂ ਮੋਟਾ ਦਾ ਇੱਥੇ ਇਹਦਾ ਪੱਲਾ ਇੱਕ ਨਹੀਂ ਇੱਕ ਹੈ ਨਹੀਂ ਜਮਾਂਦਰੂ ਹੈ ਨਹੀਂ ਬਸ ਇਦਾਂ ਹੀ ਬੱਚਿਆਂ ਵਾਸਤੇ ਰੱਖਿਆ ਇਹਨੂੰ ਸਹੀ ਆ ਉਹ ਮੇਰੇ ਥੱਲੇ ਰੱਤਾ ਜਿਹੜਾ ਭਾਈ ਭੋਲੇ ਦੀ ਮੈਂ ਗੱਲ ਕਰਦਾ ਸੀ ਆ ਉਹਦਾ ਪੱਠਾ ਹੈ ਉਹਦਾ ਰੱਤੇ ਦਾ ਠੀਕ ਹੈ ਜੀ ਬਹੁਤ ਵਧੀਆ ਜੀ ਇਹ ਕਰੋ ਸ਼ੌਂਕ ਮੇਰੇ ਕਬੂਤਰਾਂ ਦਾ ਟੌਪ ਕਲਾਸ ਕਬੂਤਰ ਨੇ ਬਾਈ ਹੁਣਾਂ ਦੇ
ਬਹੁਤ ਹੀ ਵਧੀਆ ਤੇ ਸ਼ਾਨਦਾਰ। ਇਹ ਭਾਜੀ ਉਹ ਏ ਜਿਹਦਾ ਥੱਲੇ ਭਰਾ ਨਹੀਂ ਲੈ ਕੇ ਲੋਦੀ ਚੱਕ ਕੱਲਾ। ਹਾਂਜੀ ਹਾਂਜੀ ਲੋਦੀ ਚੱਕ ਤੇ ਯਾਰ ਝਵਾਣਾ, ਹਾਂਜੀ ਉਹਦਾ ਭਰਾ ਹੀ ਸਕਾ। ਸਹੀ ਆ ਸਹੀ ਆ। ਹਾਂਜੀ ਇਹ ਡਾਕ ਤਾਂ ਬੰਦ ਕੀਤਾ ਹੁਣ ਕੁਛ ਛੱਡਾਂਗੇ। ਬਹੁਤ ਵਧੀਆ ਜੀ। ਇਹ ਬਾਈ ਤੁਸੀਂ ਸ਼ੌਂਕ ਕਰ ਰਹੇ ਹੋ ਬਬਲੂ ਪਦਾਸ ਵੀਰ ਦੇ ਕਬੂਤਰ ਅਤੇ ਨਾਲ ਜਿੰਨੇ ਬਾਈ ਨੇ ਸਾਰੇ ਕਬੂਤਰ ਸਾਂਭਦੇ ਨੇ ਸ਼ੌਂਕ ਕਰਦੇ ਨੇ ਇਸ ਛੱਤ 'ਤੇ, ਅਤੇ ਸ਼ੌਂਕ ਕਿੱਦਾਂ ਦਾ ਲੱਗਦਾ ਦੱਸਣਾ ਜ਼ਰੂਰ ਜੀ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਵੀ ਜ਼ਰੂਰ ਕਰਿਓ ਜੀ। ਇਹਦੀ ਭਾਈ ਮੈਂ ਗੱਲ ਕਰਦਾ ਸੀ ਇਹਨਾਂ ਦੇ ਭੈਣ ਭਰਾਵਾਂ ਦੀ, ਜਿੱਥੇ ਛੱਡਦੀ ਖਾਲੀ ਇਹਦੀ ਮੁੜ ਕੇ ਸਾਰੀ ਹੋ ਗਈ ਨਹੀਂ ਹੈ ਜੀ। ਵਧੀਆ ਆ ਬਾਈ ਜੀ। ਬਾਕੀ ਜਿਹੜਾ ਤਾਰ ਤਾਰਾ ਦੇ ਹੁਣ ਉਹਦਾ ਬਹੁਤ ਬਹੁਤ ਧੰਨਵਾਦ ਵੀ ਇੱਦਾਂ ਸਾਨੂੰ ਵੀ ਆਪਣੇ ਨਾਲ ਲਾਏ ਉਹਨਾਂ ਨੇ। ਸਹੀ ਹੈ ਸਹੀ ਹੈ ਜੀ। ਉਹਨਾਂ ਦੀ ਜ਼ਿਆਦਾ ਆ ਪੁੱਤਰ। ਐ ਲਓ ਵੀ ਮਿੱਤਰੋ ਦੇਖੋ ਬੱਚੇ ਬੈਠੇ ਨੇ ਛੱਤ 'ਤੇ, ਅੱਜ ਛਤਰੀਆਂ ਉੱਪਰ ਲਾਈਆਂ ਹੋਈਆਂ ਆ। ਸੰਤਰੀ ਰੰਗ ਦੀ ਆ ਛਤਰੀਆਂ? ਹਾਂ ਸੰਤਰੀ ਰੰਗ ਦੀ ਬਾਈ। ਸਹੀ ਹੈ ਸਹੀ ਹੈ। ਵਿੱਚ ਜਿਹੜੇ ਹੈਗੇ ਆ ਡੱਬ ਪਾਏ ਹੋਏ ਨੇ ਛਤਰੀ ਦੇ ਵਿੱਚ ਜੀ। ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਜੀ ਜ਼ਰੂਰ ਦੱਸਣਾ ਜੀ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ, ਅਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਕਰਿਓ ਜੀ। ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਚਲੋ ਪਰਮਾਤਮਾ ਵਧੀਆ ਤਰੱਕੀਆਂ ਬਖਸ਼ੇ ਸਾਰੇ ਭਰਾਵਾਂ ਨੂੰ, ਤੇ ਨਵੀਂ ਵੀਡੀਓ ਬਾਈ ਜੀ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਜੀ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।